ਜਿੱਥੇ ਦੇਸ਼ ਭਰ ਵਿੱਚ ਹਨੂਮਾਨ ਜਯੰਤੀ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਉੱਥੇ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਇਸ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਹੈ। ਦੁਰਗਿਆਣਾ ਮੰਦਿਰ ਦੇ ਵਿੱਚ ਵੱਡਾ ਹਨੂਮਾਨ ਮੰਦਿਰ ਦੀ ਬਹੁਤ ਮਾਨਤਾ ਹੈ, ਜਿੱਥੇ ਨਰਾਤਿਆਂ ਦੇ ਵਿੱਚ ਇਸ ਮੰਦਿਰ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਉੱਥੇ ਹੀ ਅੱਜ ਹਨੂਮਾਨ ਜਯੰਤੀ ਦੇ ਮੌਕੇ ਤੇ ਇਸ ਮੰਦਿਰ ਦਾ ਦ੍ਰਿਸ਼ ਮਨ ਨੂੰ ਮੋਹਣ ਵਾਲਾ ਰਿਹਾ। ਹਨੂਮਾਨ ਜਯੰਤੀ ਦੇ ਇਸ ਮੌਕੇ ਤੇ ਹਨੂਮਾਨ ਜੀ ਨੂੰ ਦੁੱਧ ਦਾ ਇਸ਼ਨਾਨ ਕਰਵਾਇਆ ਗਿਆ। ਆਓ ਤੁਸੀਂ ਵੀ ਕਰੋ ਦੁੱਧ ਨਾਲ ਇਸ਼ਨਾਨ ਕਰਦੇ ਹੋਏ ਹਨੂਮਾਨ ਜੀ ਦੇ ਦਰਸ਼ਨ।